अज कल पिंडा की गल कर लो 25-25-30-30 लाख रुपया डोंकी ला के देने तैयार आ, पर भी रास्ते उन्होंने मिस हैपनिंग हो जाती है, तो जे पहुँच जाते फिर उन्होंने उत्थे भी हरास होना पैंदा। कोई सही रास्ता हैगा कनेडा जाने का? जिहड़े काम करन वाले उन्हां दी कदर आ कैनेडा च। हुण मैं भी गई हूँ उत्थे, मैनूं मैं देखिया है कि जिहड़ा टाइम इज मनी ओवर देयर, हर कोई एक घंटा भी वेस्ट नहीं करना चाहुंदा। सो जिहड़े लोकी मेहनती आ उन्हां लई LMIA बेस्ड वर्क परमिट आ जिहड़ा लीगल वे आ। ਉਹਨਾਂ ਦੇ ਪਿੱਛੇ ਬੱਚੇ ਆ, ਵਾਈਫ ਆ, ਉਹ ਜਾ ਸਕਦੇ ਕੋ ਇੰਡੀਆ ਰਹਿਣਗੇ? ਡੈਫੀਨੇਟਲੀ ਉਹ ਵੀ ਨਾਲ ਹੀ ਜਾਣਗੇ। 45 ਡੇਜ਼ ਜਿਹੜਾ ਮੇਨ ਐਪਲੀਕੈਂਟ ਹੈ ਉਹਦੇ ਜਾਣ ਤੋਂ ਬਾਅਦ 45 ਦਿਨਾਂ ਬਾਅਦ ਆਪਣੇ ਬੱਚੇ ਦਾ ਵੀ ਅਪਲਾਈ ਕਰ ਸਕਦਾ ਆ, ਆਪਣੇ ਸਪਾਊਸ ਦਾ ਵੀ ਅਪਲਾਈ ਕਰ ਸਕਦਾ। ਦਿਸ ਵਿਲ ਬੀ ਲੀਗਲ, ਐਂਡ ਜਿਹੜਾ ਸਪਾਊਸ ਵੀ ਆ ਉਹ ਜਿੰਨਾ ਮਰਜ਼ੀ ਉੱਥੇ ਕੰਮ ਕਰ ਸਕਦਾ। ਉਹਦੇ ਲਈ ਕੀ, ਉਹਦੇ ਲਈ ਥੋੜ੍ਹਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਬਟ ਵੀ ਆਰ ਦੇਅਰ ਟੂ ਹੈਲਪ। ਬਟ ਉਹਦੇ 'ਚ ਆਲਸ ਦਾ PR ਦਾ ਕੋਈ ਖਰਚਾ ਨਹੀਂ ਹੈ। ਬੰਦਾ 2-2.5 ਲੱਖ ਵਿੱਚ PR ਹੋ ਜਾਂਦਾ ਕੈਨੇਡਾ 'ਚ ਫੈਮਿਲੀ ਸਮੇਤ। ਕਿ ਆਪਾਂ ਨੂੰ ਇੰਡੀਆ 'ਚ ਪਤਾ ਕੀ ਸੋਚ ਆ, ਜੇ ਪੈਸੇ ਲੱਗੇ ਤਾਂ ਤਾਂ ਹੀ ਸੀ ਸੱਚ ਆ। ਹੁਣ ਆ ਡੋਂਕੀਆਂ ਲਾਉਂਦੇ ਆ 30-30 ਲੱਖ, 40-40 ਲੱਖ, ਉਹ ਸੌਖਾ ਲੱਗਦਾ ਆ, ਬਿਕੋਜ਼ ਸਾਨੂੰ ਕੀ ਲੱਗਦਾ ਪੈਸੇ ਲੱਗੇ ਤਾਂ ਪਹੁੰਚਾਂਗੇ, ਸਾਨੂੰ ਘੱਟ ਪੈਸਿਆਂ ਵਾਲੀਆਂ ਚੀਜ਼ਾਂ ਲੱਗਦੀਆਂ। ਨਹੀਂ ਨਹੀਂ, ਇਹ ਹੋ ਹੀ ਨਹੀਂ ਸਕਦਾ। ਬਟ ਜੇ ਤੁਹਾਡੇ ਕੋਲ ਟੈਲੈਂਟ ਆ, ਉਹ ਤੁਹਾਨੂੰ ਆਪ ਇਨਵਾਈਟ ਕਰ ਰਹੇ। ਗਵਰਨਮੈਂਟ ਨੂੰ ਬਹੁਤ ਜ਼ਰੂਰਤ ਆ। ਕੈਨੇਡਾ ਇਜ਼ ਦਾ 2nd ਲਾਰਜੈਸਟ ਕੰਟਰੀ ਆਫ ਦਾ ਵਰਲਡ, ਵਰਲਡ ਦੀ 2nd ਲਾਰਜੈਸਟ ਕੰਟਰੀ ਆ, ਐਂਡ ਉਹਦੀ ਪਾਪੂਲੇਸ਼ਨ ਬਹੁਤ ਘੱਟ ਆ। ਉਹਨਾਂ ਨੂੰ ਲੋੜ ਆ ਲੇਬਰ ਦੀ, ਉਹਨਾਂ ਨੂੰ ਲੋੜ ਹੈ ਸਕਿਲਡ ਵਰਕਰ ਦੀ। ਹੁਣ ਤੁਹਾਨੂੰ ਡੋਂਕੀ ਲਾਉਣ ਦੀ ਲੋੜ ਨਹੀਂ, ਹੁਣ ਤੁਹਾਨੂੰ ਗਲਤ ਤਰੀਕੇ ਨਾਲ ਕੈਨੇਡਾ ਜਾਣ ਦੀ ਲੋੜ ਨਹੀਂ, ਹੁਣ ਏਜੰਟਾਂ ਦੇ ਕੋਲ 40-40-50-50 ਲੱਖ ਰੁਪਇਆ ਫਸਾਉਣ ਦੀ ਲੋੜ ਨਹੀਂ। ਹੁਣ ਤੁਸੀਂ ਸੌਖੇ ਅਤੇ ਸਰਲ ਤਰੀਕੇ ਦੇ ਨਾਲ ਕੈਨੇਡਾ ਜਾ ਸਕਦੇ ਹਾਂ। ਇੱਕ ਸਵਾਲ ਹੋਰ ਮੇਰਾ ਹੈਗਾ, ਸਟੱਡੀ ਵੀਜ਼ਾ ਲਵਾ ਕੇ ਬਹੁਤ ਸਾਰੇ ਬੱਚੇ ਜਾ ਰਹੇ ਆ, ਬਹੁਤ ਸਾਰੇ ਬੱਚੇ ਵਿਆਹ ਕਰਾ ਕੇ ਬਾਹਰ ਜਾ ਰਹੇ ਆ, ਜਿਹੜੇ ਮਿਡਲ ਏਜ ਹੈਗੇ ਉਹ ਕੰਮ ਇੱਥੇ ਕਰ ਰਹੇ ਆ ਪਰ ਉਹ ਕੈਨੇਡਾ ਜਾਣਾ ਚਾਹੁੰਦੇ ਆ, ਕੋਈ ਲੀਗਲੀ ਤਰੀਕਾ ਹੈਗਾ? ਕਿਉਂਕਿ ਅੱਜ ਕੱਲ੍ਹ ਪਿੰਡਾਂ ਦੀ ਗੱਲ ਕਰ ਲਓ, 25-25-30-30 ਲੱਖ ਰੁਪਇਆ ਡੋਂਕੀ ਲਾ ਕੇ ਦੇਣ ਨੂੰ ਤਿਆਰ ਆ, ਪਰ ਉਹ ਵੀ ਰਸਤੇ ਵਿੱਚ ਉਹਨਾਂ ਨਾਲ ਮਿਸ ਹੈਪਨਿੰਗ ਹੋ ਜਾਂਦੀ ਆ, ਅਤੇ ਜੇ ਪਹੁੰਚ ਜਾਂਦੇ ਫਿਰ ਉਹਨਾਂ ਨੂੰ ਉੱਥੇ ਵੀ ਹਰਾਸ ਹੋਣਾ ਪੈਂਦਾ। ਕੋਈ ਸਹੀ ਰਸਤਾ ਹੈਗਾ ਕੈਨੇਡਾ ਜਾਣ ਦਾ? ਸੀ ਆਪਾਂ ਹੁਣੇ ਡਿਸਕਸ ਵੀ ਕਰ ਰਹੇ ਸੀ ਕਿ ਸਟੱਡੀ ਵੀਜ਼ਾ ਬਹੁਤ, ਸਟੱਡੀ ਵੀਜ਼ਾ ਇੱਕੋ ਹੀ ਵਰਡ ਆ ਬਸ, ਇੱਥੇ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਇਹੀ ਚੱਲੇ ਜਾਓ, ਹੈ ਨਾ। ਉੱਥੇ ਕੈਨੇਡਾ 'ਚ ਉਹਨਾਂ ਨੂੰ ਲੇਬਰ ਮਾਰਕੀਟ ਦੀ ਬਹੁਤ ਜ਼ਿਆਦਾ ਸ਼ੋਰਟੇਜ, ਬਿਕੋਜ਼ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਕੀ ਆ, ਓਲਡ ਏਜ, ਉਹਨਾਂ ਨੂੰ ਬਹੁਤ ਲੋੜ ਆ। ਹੁਣ ਤਾਂ ਹੀ ਉਹਨਾਂ ਨੇ ਸਟੱਡੀ ਵੀਜ਼ਾ ਵਾਲਿਆਂ ਨੂੰ ਵੀ ਉੱਥੇ ਜਿੰਨਾ ਮਰਜ਼ੀ ਕੰਮ ਕਰੋ ਉਹਨਾਂ ਨੇ ਲੀਗਲ ਕਰਤਾ। ਸੋ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਕਦਰ ਆ ਕੈਨੇਡਾ 'ਚ। ਹੁਣ ਮੈਂ ਵੀ ਗਈ ਹਾਂ ਉੱਥੇ, ਮੈਨੂੰ ਮੈਂ ਦੇਖਿਆ ਹੈ ਕਿ ਜਿਹੜਾ ਟਾਈਮ ਇਜ਼ ਮਨੀ ਓਵਰ ਦੈਰ, ਹਰ ਕੋਈ ਇੱਕ ਘੰਟਾ ਵੀ ਵੇਸਟ ਨਹੀਂ ਕਰਨਾ ਚਾਹੁੰਦਾ। ਸੋ ਜਿਹੜੇ ਲੋਕ ਮਿਹਨਤੀ ਆ ਉਹਨਾਂ ਲਈ LMIA ਬੇਸਡ ਵਰਕ ਪਰਮਿਟ ਆ ਜਿਹੜਾ ਲੀਗਲ ਵੇ ਆ। ਇੱਥੇ ਲੋਕਾਂ ਨੂੰ ਪਤਾ ਨਹੀਂ, ਲੋਕਾਂ ਨੂੰ ਲੱਗਦਾ ਕਿ ਨਹੀਂ ਇੱਕ ਟੂਰਿਸਟ ਵੀਜ਼ਾ ਹੀ ਵੇ ਆ, ਬਟ ਉਹਨਾਂ ਨੇ LMIA ਮਤਲਬ ਲੇਬਰ ਮਾਰਕੀਟ ਆ, ਉਹਦੇ ਵਿੱਚ ਉਹ ਇਨਵਾਈਟ ਕਰਦੇ ਆ ਖੁਦ ਲੋਕਾਂ ਨੂੰ ਕਿ ਆਓ ਸਾਡੇ ਕੋਲ ਕੰਮ ਕਰੋ, ਐਂਡ ਅਸੀਂ ਕੀ ਕਰਦੇ LMIA ਉੱਥੋਂ ਪ੍ਰੋਵਾਈਡ ਕਰਵਾਉਂਦੇ ਹਾਂ। ਜਿੱਦਾਂ ਇੱਥੇ ਵੀ ਤੁਹਾਨੂੰ ਜੋਬ ਆਫਰ ਮਿਲਦੀ ਆ, ਉੱਥੇ ਕੈਨੇਡਾ ਤੋਂ ਜੋਬ ਆਫਰ ਪ੍ਰੋਵਾਈਡ ਕੀਤੀ ਜਾਂਦੀ ਆ। ਤੁਹਾਨੂੰ +2 ਕੀਤਾ ਹੋਣਾ ਚਾਹੀਦਾ, ਤੁਹਾਡੀ ਸੈਲਰੀ ਅਕਾਊਂਟ 'ਚ ਆਉਣੀ ਚਾਹੀਦੀ ਹੈ 3 ਮਹੀਨਿਆਂ ਦੀ, ਚਾਹੇ ਤੁਸੀਂ ਪਲੰਬਰ ਹੋ, ਚਾਹੇ ਤੁਸੀਂ ਟੈਕਨੀਸ਼ੀਅਨ ਹੋ, ਕੁਛ ਵੀ ਤੁਹਾਡੀ ਜੋਬ, ਇਟਸ ਨੋਟ ਲਾਈਕ ਕਿ ਵਾਈਟ ਕਾਲਰ ਜੋਬ ਹੋਵੇ, ਕੋਈ ਵੀ ਤਰ੍ਹਾਂ ਦੀ ਜੋਬ ਹੈ, ਚਾਹੇ ਤੁਸੀਂ ਬੈਂਕ 'ਚ ਲੱਗੇ ਆ, ਚਾਹੇ ਤੁਸੀਂ ਕੋਈ ਵੀ ਕੁੱਕਰੀ ਕੋਈ ਰੈਸਟੋਰੈਂਟ 'ਚ ਵੀ ਕੰਮ ਕਰਦੇ ਆ, ਤਾਂ ਉਹਦੇ ਰਿਲੇਟਡ ਤੁਹਾਨੂੰ ਜੋਬ ਆਫਰ ਕੈਨੇਡਾ ਤੋਂ ਪ੍ਰੋਵਾਈਡ ਹੁੰਦੀ ਆ। ਐਂਡ ਇੱਥੇ ਤੁਸੀਂ ਕੀ ਕਰਨਾ ਹੈ, ਸਿਰਫ +2, ਐਂਡ ਤੁਹਾਡੇ ਕੋਲ ਕੀ ਹੋਣਾ ਚਾਹੀਦਾ, 3 ਮਹੀਨਿਆਂ ਦੀ ਤੁਹਾਡੀ ਸੈਲਰੀ ਅਕਾਊਂਟ 'ਚ ਆਉਣੀ ਹੋਣੀ ਚਾਹੀਦੀ ਹੈ, 700, ਐਂਡ ਤੁਸੀਂ ਅਪਲਾਈ ਕਰ ਸਕਦੇ LMIA ਬੇਸਡ ਵਰਕ ਪਰਮਿਟ, ਐਂਡ ਦਿਸ ਇਜ਼ ਲੀਗਲ। ਇਹਦੇ ਲਈ ਜੇ ਤੁਹਾਨੂੰ ਕੋਈ ਡਾਊਟ ਵੀ ਹੋਊਗਾ ਤੁਸੀਂ ਔਨਲਾਈਨ ਚੈੱਕ ਕਰਵਾ ਸਕਦੇ ਆ, ਕੋਈ ਵੀ ਇੱਦਾਂ ਦਾ ਇਲੀਗਲ ਕੰਮ ਨਹੀਂ ਹੋਊਗਾ। ਪਹਿਲੇ ਦਿਨ 'ਤੇ ਬੰਦਾ ਜਦੋਂ ਐਂਟਰ ਹੁੰਦਾ ਕੈਨੇਡਾ, ਉਹ ਲੀਗਲੀ ਹੈਗਾ? ਹਾਂਜੀ, ਲੀਗਲੀ ਉਹਨੂੰ ਵਰਕ ਪਰਮਿਟ ਮਿਲੂਗਾ, ਐਂਡ ਉਹਨੂੰ ਉਸ ਤੋਂ ਬਾਅਦ ਆਪਾਂ PR 'ਚ ਕਨਵਰਟ ਕਰਵਾਉਂਦੇ ਹਾਂ। ਜਿਹੜੀ ਉਹਨਾਂ ਦੇ ਪਿੱਛੇ ਬੱਚੇ ਆ, ਵਾਈਫ ਆ, ਉਹ ਜਾ ਸਕਦੇ ਕੋ ਇੰਡੀਆ ਰਹਿਣਗੇ? ਡੈਫੀਨੇਟਲੀ ਉਹ ਵੀ ਨਾਲ ਹੀ ਜਾਣਗੇ। 45 ਡੇਜ਼ ਜਿਹੜਾ ਮੇਨ ਐਪਲੀਕੈਂਟ ਹੈ ਉਹਦੇ ਜਾਣ ਤੋਂ ਬਾਅਦ 45 ਦਿਨਾਂ ਬਾਅਦ ਆਪਣੇ ਬੱਚੇ ਦਾ ਵੀ ਅਪਲਾਈ ਕਰ ਸਕਦਾ ਆ, ਆਪਣੇ ਸਪਾਊਸ ਦਾ ਵੀ ਅਪਲਾਈ ਕਰ ਸਕਦਾ। ਦਿਸ ਵਿਲ ਬੀ ਲੀਗਲ, ਐਂਡ ਜਿਹੜਾ ਸਪਾਊਸ ਵੀ ਆ ਉਹ ਜਿੰਨਾ ਮਰਜ਼ੀ ਉੱਥੇ ਕੰਮ ਕਰ ਸਕਦਾ। ਜਿਹੜਾ ਬੱਚੇ ਦੀ ਪੜ੍ਹਾਈ ਦਾ ਖਰਚਾ, ਬੱਚਾ ਪੜ੍ਹ ਸਕਦਾ ਉੱਥੇ? ਹਾਂਜੀ, ਉਹਦੇ ਨਾਲ ਹੀ ਸਟੱਡੀ ਉੱਥੇ 18 ਸਾਲ ਤੱਕ ਐਜੂਕੇਸ਼ਨ ਇਜ਼ ਫਰੀ, ਆਪਣੀ ਕਨਵਰਟ ਕਰਵਾ ਸਕਦਾ ਜਾ ਕੇ, ਉਹਦਾ ਵੀ ਕੋਈ ਖਰਚਾ ਨਹੀਂ। ਐਂਡ ਆਈ ਵਿਲ ਹੈਲਪ, ਇਹ ਨਹੀਂ ਆ ਕਿ ਅਸੀਂ ਤੁਹਾਨੂੰ ਵਰਕ ਪਰਮਿਟ ਦਵਾਤਾ ਹੈ, ਨਾ, ਜਦੋਂ ਤੱਕ ਤੁਹਾਡੀ PR ਨਹੀਂ ਹੁੰਦੀ, PR ਦੇਅਰ ਟੂ ਹੈਲਪ। ਇਹਦੇ ਵਿੱਚ ਤੁਸੀਂ PR ਵੀ ਉੱਥੇ ਲੈ ਸਕਦੇ ਹੋ? ਰਾਈਟ, PR ਵੀ ਇਹਦੇ ਬੇਸ ਤੇ ਹੀ ਹੋਊਗੀ। ਆਈ ਆਲਰੇਡੀ ਟੋਲਡ ਯੂ ਕਿ ਉੱਥੇ ਉਹਨਾਂ ਨੂੰ ਲੇਬਰ ਮਾਰਕੀਟ ਦੀ ਬਹੁਤ ਜ਼ਿਆਦਾ ਸ਼ੌਕੇਜ ਹੈ, ਪਰ ਆਪਣੇ ਇੱਥੇ ਟ੍ਰੈਂਡ ਕੀ ਚੱਲ ਰਿਹਾ, ਜਿੱਦਾਂ ਭੇਟ ਜਾ ਲਿਆ ਕਿ ਸਾਰੇ ਸਟੱਡੀ ਵੀਜ਼ਾ, ਵਰਕ ਪਰਮਿਟ ਦਾ ਪਤਾ ਹੀ ਨਹੀਂ ਹੈ। LMIA ਬੇਸਡ ਵਰਕ ਪਰਮਿਟ, ਜੇ ਨੈੱਟ 'ਤੇ ਵੀ ਤੁਸੀਂ ਸਰਚ ਕਰੋਗੇ ਤੁਹਾਨੂੰ ਈਜ਼ੀਲੀ ਮਿਲ ਜੂਗਾ ਕਿ ਇਹਨਾਂ ਦੇ ਵਿਜ਼ਟਰ ਵੀਜ਼ਾ ਲੱਗੇ ਆ ਜਾਂ ਜਿਹੜੇ ਆਲਰੇਡੀ ਗਏ ਆ ਜਾਂ ਜਿਹੜੇ ਜਾਣਾ ਚਾਹੁੰਦੇ ਆ ਉਹ ਵੀ ਕਨਵਰਟ ਕਰਾ ਸਕਦੇ LMIA? ਡੈਫੀਨੇਟਲੀ, ਉਹਨਾਂ ਨੇ ਬਹੁਤ ਵਧੀਆ ਹੁਣ ਮੌਕਾ ਦਿੱਤਾ ਕੈਨੇਡੀਅਨ ਗਵਰਨਮੈਂਟ ਨੇ,
ਕਿ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਆ ਉੱਥੇ ਤੁਸੀਂ ਇਨ ਵਨ ਡੇ ਯੂ ਕੈਨ ਕਨਵਰਟ ਯੋਰ ਵੀਜ਼ਾ, ਇੱਕ ਦਿਨ 'ਚ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਕਨਵਰਟ ਕਰਵਾ ਸਕਦੇ। ਇਹ ਬਹੁਤ ਸੁਨਹਿਰੀ ਮੌਕਾ ਆ ਜਿਹੜੇ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਜਾਣਾ ਚਾਹੁੰਦੇ ਆ ਕੈਨੇਡਾ ਨੂੰ, ਜਿਹੜੇ ਚਾਹੁੰਦੇ ਆ ਵੀ ਅਸੀਂ ਜਾਈਏ ਵੀ ਸਹੀ ਤਰੀਕੇ ਨਾਲ, ਸਾਡੇ ਪੈਸੇ ਵੀ ਇੰਨਾ ਜ਼ਿਆਦਾ ਲੱਗਣ, ਅਤੇ ਤੁਸੀਂ ਬਹੁਤ ਜਾਇਜ਼ ਪੈਸਿਆਂ ਦੇ ਵਿੱਚ ਕੈਨੇਡਾ ਜਾ ਸਕਦੇ ਹੋ। ਪਹਿਲਾਂ ਤੁਸੀਂ ਆਪ ਕੈਨੇਡਾ ਜਾਓਗੇ ਹਸਬੈਂਡ ਜਾਂ ਵਾਈਫ, ਉਸ ਤੋਂ ਬਾਅਦ 45 ਦਿਨਾਂ ਦੇ ਵਿੱਚ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਕੈਨੇਡਾ ਲੈ ਕੇ ਜਾ ਸਕਦੇ ਹਾਂ ਇੱਕ ਨੰਬਰ ਦੇ ਵਿੱਚ। ਉਸ ਤੋਂ ਬਾਅਦ ਤੁਹਾਡੀ ਵਾਈਫ ਵੀ ਕੰਮ ਕਰ ਸਕਦੀ ਹੈ, ਤੁਹਾਡਾ ਬੱਚਾ ਉੱਥੇ ਫ੍ਰੀ ਪੜ੍ਹ ਸਕਦਾ, ਕੁਝ ਟਾਈਮ ਦੇ ਬਾਅਦ PR ਵੀ ਹੋ ਜਾਂਦੇ ਹੈਗੇ ਆ। ਇਹ ਤਾਂ ਇੱਕ ਬੜਾ ਸੁਨਹਿਰੀ ਮੌਕਾ ਜੀ ਲੋਕਾਂ ਲਈ। ਲਿਟਰਲੀ ਮੈਂ ਤਾਂ ਹੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਸਿਰਫ ਕਾਹਦੀ ਹੈ, ਸਟੱਡੀ ਵੀਜ਼ਾ ਦੀ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗਵਰਨਮੈਂਟ ਨੇ ਉੱਥੇ ਉਹ ਸਕੀਮਸ ਲਾਂਚ ਕਰਦੇ ਹੀ ਰਹਿੰਦੇ, ਸਾਨੂੰ ਇੱਥੇ ਨਹੀਂ ਪਤਾ ਬਿਕੋਜ਼ ਉੱਥੇ ਮੇਰਾ ਕਨੈਕਸ਼ਨ ਕਿੰਨਾ ਨਾ RCIC ਮੈਂਬਰਸ ਨਾਲ ਆ। ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਇਹਨਾਂ ਚੀਜ਼ਾਂ ਦੀ ਹੈਗੀ ਕਿ ਕਿਹੜੇ ਕਿਹੜੇ ਨਵੀਂ ਸਕੀਮਸ ਆ। ਸੋ ਦੇਰ ਆਰ ਮੈਨੀ ਥਿੰਗਸ ਕਿ ਗਵਰਨਮੈਂਟ ਤੁਹਾਨੂੰ ਇਨਵਾਈਟ ਕਰ ਰਹੀ ਹੈ। ਫੈਡਰਲ ਸਕੀਮ, ਐਕਸਪ੍ਰੈਸ ਐਂਟਰੀ, ਜੇ ਤੁਸੀਂ ਪੜ੍ਹੇ ਲਿਖੇ ਆ ਤੁਸੀਂ ਐਕਸਪ੍ਰੈਸ ਐਂਟਰੀ ਦੇ ਥਰੂ ਉਹਨਾਂ ਨੇ ਡਰਾਅ ਕੱਢਦੇ ਆ। ਗਵਰਨਮੈਂਟ ਮਹੀਨੇ 'ਚ 2 ਡਰਾਅ ਕੱਢਦੀ ਹੈ ਜਿੱਦਾਂ ਲੋਟਰੀ, ਕਿ ਉਹਦੇ ਬੇਸ 'ਤੇ ਤੁਸੀਂ ਆਪਣਾ PR ਲਗਵਾਓ। ਮੇਰੀ ਵੀ ਇਸੇ ਤਰ੍ਹਾਂ ਲੱਗੀ ਸੀਗੀ ਕਿ ਹਾਂ ਉਹ ਐਕਸਪ੍ਰੈਸ ਐਂਟਰੀ ਦੇ ਥਰੂ ਤੁਹਾਡਾ ਡਰਾਅ ਕੱਢਦੇ ਆ। ਜੇ ਤੁਸੀਂ ਐਲੀਜੀਬਲ ਹੈਗੇ, ਪੜ੍ਹੇ ਲਿਖੇ ਹੈਗੇ ਆ, ਉਹਨਾਂ ਲਈ ਤਾਂ ਹੋਰ ਵੀ ਸਸਤਾ, ਇਹ 'ਚ ਕੋਈ ਖਰਚਾ ਨਹੀਂ। ਇਹਦੇ ਵਿੱਚ IELTS ਜ਼ਰੂਰੀ ਹੈ ਕਿ ਨਹੀਂ? ਹਾਂਜੀ, IELTS ਜ਼ਰੂਰੀ ਆ। ਐਕਸਪ੍ਰੈਸ ਐਂਟਰੀ 'ਚ IELTS ਜ਼ਰੂਰੀ, 8777 ਐਂਡ 8777 ਹਾਰਡ ਆ। ਮੈਂ ਆਪ ਖੁਦ ਟੀਚ ਕਰਵਾਉਂਦੀ 8777 ਵਾਲਿਆਂ ਨੂੰ, ਮੇਰੇ ਦੋ ਵਾਰੀ 8777 ਆ। ਸੋ ਉਹਦੇ ਲਈ ਕੀ, ਉਹਦੇ ਲਈ ਥੋੜ੍ਹਾ ਜ਼ਿਆਦਾ ਮਿਹਨਤ ਕਰਨੀ ਪੈਂਦੀ, ਬਟ ਵੀ ਆਰ ਦੇਅਰ ਟੂ ਹੈਲਪ। ਪਰ ਉਹਦੇ 'ਚ IELTS ਦਾ PR ਦਾ ਕੋਈ ਖਰਚਾ ਨਹੀਂ। ਬੰਦਾ 2-2.5 ਲੱਖ ਵਿੱਚ PR ਹੋ ਜਾਂਦਾ ਕੈਨੇਡਾ 'ਚ ਫੈਮਿਲੀ ਸਮੇਤ, ਐਂਡ ਦਿਸ ਇਜ਼ ਟਰੁੱਥ। ਤੁਸੀਂ ਇਹ ਵੀ ਚੀਜ਼ ਨੈੱਟ 'ਤੇ ਚੈੱਕ ਕਰ ਸਕਦੇ, ਐਕਸਪ੍ਰੈਸ ਐਂਟਰੀ 2-2.5 ਲੱਖ ਵਿੱਚ ਤੁਸੀਂ ਪੂਰਾ ਆਪਣੇ ਕੈਨੇਡਾ PR। ਲੋਕ ਤੁਹਾਡੇ 'ਤੇ ਟਰੱਸਟ ਕਰਦੇ ਆ ਕਿਉਂਕਿ ਇਹ ਤੁਸੀਂ ਬਹੁਤ ਸੌਖਾ, ਸਰਲ, ਥੋੜ੍ਹੇ ਪੈਸਿਆਂ 'ਚ ਤਰੀਕਾ ਦੱਸ ਰਹੇ ਹੋ ਕੈਨੇਡਾ ਜਾਣ ਦਾ। ਤੁਸੀਂ ਕਿੱਥੇ ਤੱਕ ਜ਼ਿੰਮੇਵਾਰੀ ਚੱਕਦੇ ਹੋ? ਸੀ ਮੈਂ ਤੁਹਾਨੂੰ ਕਿਹਾ, ਮੈਂ ਸਾਰਾ ਕੁਝ ਲੀਗਲ ਆ। ਜੇ ਤੁਹਾਨੂੰ ਲੱਗਦਾ ਨਾ ਕਿ ਹਾਂ LMA ਬੇਸਡ ਜਾਂ ਐਕਸਪ੍ਰੈਸ ਐਂਟਰੀ ਚੀਜ਼ਾਂ ਗਲਤ ਆ, ਕਿਉਂਕਿ ਆਪਾਂ ਨੂੰ ਇੰਡੀਆ 'ਚ ਪਤਾ ਕੀ ਸੋਚ ਆ, ਜੇ ਪੈਸੇ ਲੱਗੇ ਤਾਂ ਹੀ ਸੀ ਸੱਚ ਆ। ਹੁਣ ਆ ਡੋਂਕੀਆਂ ਲਾਉਂਦੇ ਆ 30-30 ਲੱਖ, 40-40 ਲੱਖ, ਉਹ ਸੌਖਾ ਲੱਗਦਾ ਆ ਬਿਕੋਜ਼ ਸਾਨੂੰ ਕੀ ਲੱਗਦਾ ਪੈਸੇ ਲੱਗੇ ਤਾਂ ਪਹੁੰਚਾਂਗੇ। ਸਾਨੂੰ ਘੱਟ ਪੈਸਿਆਂ ਵਾਲੀਆਂ ਚੀਜ਼ਾਂ ਲੱਗਦੀਆਂ, ਨਹੀਂ ਨਹੀਂ ਹੋ ਹੀ ਨਹੀਂ ਸਕਦਾ। ਬਟ ਜੇ ਤੁਹਾਡੇ ਕੋਲ ਟੈਲੈਂਟ ਆ, ਤੁਹਾਨੂੰ ਆਪ ਇਨਵਾਈਟ ਕਰ ਰਹੇ ਹੋ। ਗਵਰਨਮੈਂਟ ਨੂੰ ਬਹੁਤ ਜ਼ਰੂਰਤ ਆ। ਕੈਨੇਡਾ ਇਜ਼ ਦਾ 2nd ਲਾਰਜੈਸਟ ਕੰਟਰੀ ਆਫ ਦਾ ਵਰਲਡ, ਵਰਲਡ ਦੀ 2nd ਲਾਰਜੈਸਟ ਕੰਟਰੀ ਆ, ਐਂਡ ਉਹਦੀ ਪਾਪੂਲੇਸ਼ਨ ਬਹੁਤ ਘੱਟ ਆ। ਉਹਨਾਂ ਨੂੰ ਲੋੜ ਆ ਲੇਬਰ ਦੀ, ਉਹਨਾਂ ਨੂੰ ਲੋੜ ਹੈ ਸਕਿਲਡ ਵਰਕਰ ਦੀ। ਜੇ ਤੁਹਾਡੇ ਕੋਲ ਟੈਲੈਂਟ ਹੈਗਾ, ਤੁਹਾਡੇ ਟੈਲੈਂਟ ਦੇ ਉੱਤੇ ਕਦੇ, ਬਸ ਇਹ ਆਪਾਂ ਨੂੰ ਆਪਾਂ ਅੰਡਰ ਐਸਟੀਮੇਟ ਕੀਤਾ ਹੋਇਆ ਕਿ ਨਹੀਂ ਪੈਸੇ ਲੱਗਣਗੇ ਜ਼ਿਆਦਾ ਅਤੇ ਤਾਂ ਹੀ ਕੁਛ ਹੋਣਾ, ਨਹੀਂ ਤਾਂ ਨਹੀਂ। ਪਰ ਉਹਨਾਂ ਨੂੰ ਤੁਸੀਂ ਲੀਗਲ ਵੇ ਨਾ LMA ਬੇਸਡ ਪੜ੍ਹੋ, ਐਕਸਪ੍ਰੈਸ ਐਂਟਰੀ ਪੜ੍ਹੋ, ਤੁਸੀਂ ਤੁਹਾਨੂੰ ਆਪ ਹੀ ਪਤਾ ਚੱਲ ਜੂਗਾ ਕਿ ਲੀਗਲ ਚੀਜ਼ਾਂ ਕਿ ਇਲੀਗਲ ਚੀਜ਼ਾਂ। ਸੋ ਹੁਣ ਤੁਹਾਨੂੰ ਡੋਂਕੇ ਲਾਉਣ ਦੀ ਲੋੜ ਨਹੀਂ, ਹੁਣ ਤੁਹਾਨੂੰ ਗਲਤ ਤਰੀਕੇ ਨਾਲ ਕੈਨੇਡਾ ਜਾਣ ਦੀ ਲੋੜ ਨਹੀਂ, ਹੁਣ ਏਜੰਟਾਂ ਦੇ ਕੋਲ 40-40, 50-50 ਲੱਖ ਰੁਪਇਆ ਫਸਾਉਣ ਦੀ ਲੋੜ ਨਹੀਂ। ਹੁਣ ਤੁਸੀਂ ਸੌਖੇ ਅਤੇ ਸਰਲ ਤਰੀਕੇ ਦੇ ਨਾਲ ਕੈਨੇਡਾ ਜਾ ਸਕਦੇ ਹਾਂ। LMI ਰਾਹੀਂ ਤੁਸੀਂ ਉੱਥੇ ਵੀਜ਼ਾ ਲਾ ਕੇ ਵਰਕ ਪਰਮਿਟ ਲੈ ਸਕਦੇ ਹਾਂ, 45-50 ਦਿਨਾਂ ਬਾਅਦ ਆਪਣੇ ਪੂਰੇ ਪਰਿਵਾਰ ਨੂੰ, ਬੱਚਿਆਂ ਨੂੰ ਅਤੇ ਵਾਈਫ ਨੂੰ ਮੰਗਾ ਸਕਦੇ ਹਾਂ, ਉਹ ਵੀ ਉੱਥੇ ਕੰਮ ਕਰ ਸਕਦੇ ਆ, ਫ੍ਰੀ ਪੜ੍ਹ ਸਕਦੇ ਆ। ਜਿਵੇਂ ਪਹਿਲਾਂ ਉੱਥੇ ਦੇ ਸਿਟੀਜ਼ਨ ਆ ਜਿਹੜੇ ਉੱਥੇ ਲੋਕ ਜੰਮੇ ਪਲੇ ਆ, ਤੁਹਾਨੂੰ ਉੱਦਾਂ ਦੇ ਹੱਕ ਉੱਥੇ ਪੂਰੇ ਮਿਲਦੇ ਹੈਗੇ। ਜੇ ਤੁਸੀਂ ਵੀ ਚਾਹੁੰਦੇ ਆ ਵੀ ਇਸ ਰਸਤੇ ਰਾਹੀਂ ਜਾਣਾ ਚਾਹੁੰਦੇ ਤਾਂ ਨੰਬਰ ਸਾਡੀ ਸਕਰੀਨ 'ਤੇ ਆ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ, ਸਾਂ TV ਫਗਵਾੜਾ।